ਅੱਜ ਦੇ ਦੌਰ ਵਿੱਚ ਜਿੱਥੇ ਸ਼ੁਰਤਾ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਮਿਲਾਵਟੀ ਜਿਹੜਾ ਦੌਰ ਹੈ ਉਹ ਚੱਲਦਾ ਦਿਖਾਈ ਦੇ ਰਿਹਾ, ਜਿਹਨੂੰ ਲੈ ਕੇ ਕਾਫੀ ਜਿਹੜੇ ਲੋਕ ਹੈ ਉਹ ਪਰੇਸ਼ਾਨ ਵੀ ਨਜ਼ਰ ਆ ਰਹੇ ਅਤੇ ਆਪਣੀ ਸਿਹਤ ਵੀ ਜਿਹੜੇ ਗੁਆਉਂਦੇ ਨਜ਼ਰ ਆ ਰਹੇ ਨੇ, ਅਤੇ ਜਿਸ ਨੂੰ ਲੈ ਕੇ ਭਾਵੇਂ ਸਿਹਤ ਵਿਭਾਗ ਸਮੇਂ ਸਮੇਂ 'ਤੇ ਜਿਹੜੀਆਂ ਉਹਦੇ ਚੈਕਿੰਗਾਂ ਜ਼ਰੂਰ ਕਰਦਾ, ਕਿਉਂਕਿ ਵੱਡੀਆਂ ਜਿਹੜੀਆਂ ਉਹਨਾਂ ਨੂੰ ਸ਼ਿਕਾਇਤਾਂ ਦਰਜ ਇਹ ਹੋ ਰਹੀਆਂ ਨੇ ਕਿ ਹੁਣ ਜਿਹੜਾ ਵੇਰਕਾ ਜਿਹੜੇ ਪਲਾਂਟ ਹੈਗੇ ਆ, ਵੇਰਕੇ ਪਲਾਂਟ ਦੇ ਵਿੱਚੋਂ ਵੀ ਜਿਹੜੀ ਖੀਰ ਹੈਗੀ ਆ ਉਹ ਸਪਲਾਈ ਹੁੰਦੀ ਆ, ਉਹਦੇ ਵਿੱਚ ਵੀ ਜਿਹੜੀ ਮਿਲਾਵਟ ਆ ਉਹ ਜਿਹੜੀ ਆ ਉਹਦੀ ਸ਼ਿਕਾਇਤ ਜਿਹੜੀ ਉਹਨੂੰ ਮਿਲਦੀ ਦਿਖਾਈ ਦੇ ਰਹੀ ਆ, ਜੋ ਦਰਸਾਉਂਦੀ ਹੈ ਕਿ ਜਿਹੜੀ ਖੀਰ ਹੈਗੀ ਆ ਲੋਕਾਂ ਤੱਕ ਪਹੁੰਚਦੀ ਆ ਉਹਦੇ 'ਚ ਖਟਾਸ ਹੈਗੀ ਆ ਜਿਹੜੀ ਉਹ ਕਾਫੀ ਹੁੰਦੀ ਆ, ਜਿਸ ਕਰਕੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਉਸ ਆਧਾਰ 'ਤੇ ਸਿਹਤ ਵਿਭਾਗ ਜਿਹੜਾ ਫੂਡ ਸੇਫਟੀ ਵਿਭਾਗ ਜਿਹੜਾ ਹੈਗਾ ਉਹਦੇ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਆ ਅਤੇ ਉੱਥੇ ਪਾਇਆ ਗਿਆ ਵੀ ਮਤਲਬ ਕਿ ਉਹਦੇ ਜਿਹੜੇ ਸ਼ਿਕਾਇਤ ਜਿਹੜੀ ਸੀਗੀ ਉੱਥੇ ਪਾਇਆ ਗਿਆ ਵੀ ਕਾਫੀ ਗੰਦਗੀ ਜਿਹੜੀ ਹੈਗੀ ਆ ਪਲਾਂਟ ਦੇ ਵਿੱਚ ਵੀ ਨਜ਼ਰ ਆਈ, ਵੀ ਜੋ ਦਰਸਾਉਂਦੀ ਆ ਵੀ ਜਿਸ ਤਰ੍ਹਾਂ ਦੇ ਜਿਹੜੇ ਉੱਥੇ ਮਾਪਦੰਡ ਹੋਣੇ ਚਾਹੀਦੇ ਆ ਉਹ ਮਾਪਦੰਡ ਉੱਥੇ ਨਹੀਂ ਸੀਗੇ, ਕਿਉਂਕਿ ਜਿਹੜੇ ਵੀ ਲੋਕ ਹੈ ਉਹ ਵੇਰਕਾ ਦੀ ਪੈਕਿੰਗ ਕਰਦੇ ਆ ਜਿਹੜੇ ਸਮੱਗਰੀ ਤਿਆਰ ਕਰਦੇ ਆ, ਨਾ ਤਾਂ ਉਹਨਾਂ ਦੇ ਹੱਥਾਂ 'ਚ ਗਲਵਸ ਸੀ ਨਾ ਉਹਨਾਂ ਦੇ ਸਿਰਾਂ 'ਤੇ ਕੈਪ ਸੀਗੀ, ਜੋ ਦਰਸਾਉਂਦੀ ਆ ਵੀ ਜਿਹੜੀ ਇੱਕ ਵੱਡੀ ਕੰਪਨੀ ਹੋਣ ਦੇ ਬਾਵਜੂਦ ਇੰਨੀ ਜਿਹੜੀ ਆ ਲਾਪਰਵਾਹੀ ਜਿਹੜੀ ਵਰਤੀ ਜਾਂਦੀ ਆ ਉਹ ਵੱਡਾ ਸਵਾਲ ਜਿਹੜਾ ਖੜਾ ਕਰਦੀ ਆ, ਕਿਉਂਕਿ ਸਿਹਤ ਵਿਭਾਗ ਵੱਲੋਂ ਜਿਹੜੇ ਬਾਜ਼ਾਰਾਂ ਵਿੱਚ ਜਿੱਥੇ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਹੁਣ ਵੇਰਕਾ ਜਿਹੜੀ ਆ ਵੀ ਉੱਥੇ ਵੀ ਜਿਹੜੀ ਅੱਜ ਚੈਕਿੰਗ ਜਿਹੜੀ ਆ ਉਹ ਕੀਤੀ ਗਈ ਆ, ਵੀ ਉਹ ਜਿਹੜੀ ਦਰਸਾਉਂਦੀ ਸੀ ਵੀ ਜਿਹੜੀ ਚੈਕਿੰਗ ਜਿਹੜੀ ਹੈਗੀ ਆ ਵੀ ਉਹਦੇ ਵਿੱਚ ਕਾਫੀ ਮਿਲਾਵਟ ਦਾ ਜਿਹੜਾ ਦੌਰ ਹੈਗਾ ਉਹ ਚੱਲਦਾ ਪਿਆ, ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀ ਸੀ, ਲੋਕਾਂ ਦੀ ਸ਼ਿਕਾਇਤ 'ਤੇ ਹੀ ਜਿਹੜਾ ਸਿਹਤ ਵਿਭਾਗ ਉੱਥੇ ਪਹੁੰਚਿਆ, ਸੈਂਪਲਿੰਗ ਕੀਤੀ ਪਈ, ਕਈ ਤਰ੍ਹਾਂ ਦੀ ਜਿਹੜੀਆਂ ਖਾਮੀਆਂ ਉੱਥੇ ਜਿਹੜੀਆਂ ਉਹ ਪਾਈਆਂ ਗਈਆਂ, ਜੋ ਆਪਣੇ ਆਪ ਦੇ ਵਿੱਚ ਵੀ ਇੱਕ ਵੱਡੇ ਸਵਾਲ ਜਿਹੜੇ ਖੜ੍ਹੇ ਕਰਦੀ ਆ, ਕਿਉਂਕਿ ਵੇਰਕਾ ਇੱਕ ਆਪਣੇ ਆਪ ਬ੍ਰਾਂਡ ਜਿਹੜਾ ਨਜ਼ਰ ਆਉਂਦਾ ਵੀ ਜੋ ਲੋਕਾਂ ਨੂੰ ਵੀ ਇਹ ਦਿਖਾਉਂਦਾ ਵੀ ਮਤਲਬ ਕਿ ਜਿਹੜੀ ਵੇਰਕਾ ਦੀ ਜਿਹੜੀ ਆਈਟਮ ਹੈ ਜਿਹੜੀ ਸਮਾਨ ਹੈ ਉਹ ਲੋਕ ਜਿਹੜੇ ਉਹ ਖਾਣ, ਤਾਂ ਜੋ ਜਿਹੜੇ ਵੇਰਕਾ ਦੇ ਜਿਹੜੇ ਪ੍ਰੋਡਕਟ ਹੈਗੇ ਆ ਵੀ ਉਹਨਾਂ ਦੀ ਜਿਹੜੀ ਆ ਵੀ ਕਾਫੀ ਜਿਹੜੀ ਆ ਕੁਆਲਿਟੀ ਆ ਉਹ 'ਚ ਦੱਸੀ ਜਾਂਦੀ ਆ, ਲੇਕਿਨ ਉਹ ਜਿਹੜੀ ਕੁਆਲਿਟੀ ਜਿਹੜੀ ਹੈਗੀ ਆ ਉਹ ਕੁਆਲਿਟੀ ਦੇ ਵਿੱਚ ਵੀ ਜਿਹੜੀ ਆ ਚੂਕ ਹੈ ਨਜ਼ਰ ਆਈ ਆ, ਅਧਿਕਾਰੀਆਂ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਜਿਹੜੀ ਆ ਸੈਂਪਲਿੰਗ ਕੀਤੀ ਗਈ, ਉਹਦੇ ਵਿੱਚ ਵੀ ਖਾਮੀਆਂ ਪਾਈਆਂ ਗਈਆਂ, ਲੇਕਿਨ ਜਦੋਂ ਉੱਥੇ ਪਹੁੰਚੇ ਅਤੇ ਵੇਰਕਾ ਪਲਾਂਟ ਦੇ ਜਿਹੜੇ ਉੱਥੇ ਔਰਗਨਾਈਜ਼ਰ ਸੀਗੇ ਉਹ ਵੀ ਉੱਥੋਂ ਜਿਹੜੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਵੀ ਉਹ ਵੀ ਉੱਥੇ ਜਿਹੜੇ ਆ ਉਹ ਚਲੇ ਗਏ, ਵੀ ਜਾਣੀ ਕਿ ਉਹਨਾਂ ਨੇ ਵੀ ਫੇਸ ਕਰਨਾ ਜਿਹੜਾ ਮੁਨਾਸਿਬ ਨਹੀਂ ਸਮਝਿਆ, ਕਿਉਂਕਿ ਜਿਹੜੀਆਂ ਕਮੀਆਂ ਸੀਗੀਆਂ ਉਹਨੂੰ ਜਿਹੜੀਆਂ ਫੂਡ ਸੇਫਟੀ ਵਿਭਾਗ ਨੇ ਫੜੀਆਂ ਸੀਗੀਆਂ ਉਹਦੇ ਆਧਾਰ 'ਤੇ ਉਹਨਾਂ ਨੇ ਉੱਥੋਂ ਸੈਂਪਲ ਲਏ ਅਤੇ ਨਾ ਹੀ ਉਹਨਾਂ ਦੀ ਜਿਹੜੀ ਜਾਂਚ ਉਹ ਨਾਲ ਹੀ ਉਹਨਾਂ ਦੀ ਜਿਹੜੀ ਜਾਂਚ ਵਾਸਤੇ ਉਹਨਾਂ ਨੂੰ ਲੈਬ ਵਿੱਚ ਭੇਜਿਆ ਗਿਆ, ਹੁਣ ਜਦੋਂ ਸੈਂਪਲਿੰਗ ਰਿਪੋਰਟ ਆਏਗੀ ਅਗਲੀ ਕਾਰਵਾਈ ਜਿਹੜੀ ਆ ਸਿਹਤ ਵਿਭਾਗ ਵੱਲੋਂ ਜਿਹੜੀ ਕੀਤੀ ਜਾਏਗੀ, ਕੋਈ ਫੂਡ ਸੇਫਟੀ ਵਿਭਾਗ ਦਾ ਇਹ ਕਹਿਣਾ ਜ਼ਰੂਰ ਹੈ ਵੀ ਉੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਖਾਮੀਆਂ ਮਿਲੀਆਂ ਜੋ ਦਰਸਾਉਂਦੀਆਂ ਵੀ ਲੋਕਾਂ ਦੀ ਸਿਹਤ ਦੇ ਨਾਲ ਕਿਸ ਤਰ੍ਹਾਂ ਜਿਹੜਾ ਖਿਲਵਾੜ ਜਿਹੜਾ ਉਹ ਚੱਲਦਾ ਪਿਆ ਸੀਗਾ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ, ਫਿਰੋਜ਼ਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।